ਕਦੇ ਨਹੀਂ ਉਹ ਚਾਹੁੰਦੇ ਕਿ ਪੰਜਾਬ ਦੇ ਅੰਦਰ ਕੋਈ ਤੀਸਰੀ ਧਿਰ ਵੜ ਜੇ, ਜਿਵੇਂ ਪੰਜਾਬੀ ਦੀ ਕਹਾਵਤ ਹੈਗੀ ਆ ਤੀਜਾ ਰਲਿਆ ਤੇ ਕੰਮ ਗਲਿਆ। ਅੱਜ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਕੁਨਵੇ ਨੂੰ ਬਚਾਉਣ ਵਾਸਤੇ, ਮਜੀਠੀਏ ਦੇ ਟੱਬਰ ਨੂੰ ਬਚਾਉਣ ਵਾਸਤੇ ਪੱਬਾਂ ਭਾਰ ਹੋਏ ਹੋਏ। ਅੱਜ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਕੀਤੇ ਕਾਲੇ ਕਾਰਨਾਮਿਆਂ ਦੇ ਉੱਤੇ ਪਰਦੇ ਪਾਉਣ ਦਾ ਯਤਨ ਕਰ ਰਹੇ ਆ। ਪੰਜਾਬ ਦੇ ਅੰਦਰ ਕਬੱਡੀ ਖੇਡ ਜਿਹੜੀ ਆ, ਕਬੱਡੀ ਕਬੱਡੀ ਕਬੱਡੀ, ਤੇ ਬਾਦਲ ਤੇ ਕੈਪਟਨ ਨੇ ਰੈਲੀ 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 ਖੇਡ ਸਟਾਰਟ ਕਰਤੀ। ਮੈਂ ਤੁਹਾਡੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਅਕਾਲੀ ਦਲ ਦੇ ਲੀਡਰਾਂ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਆਪਣੀ ਰੈਲੀ ਦਾ ਮਨੋਰਥ ਤੇ ਮਕਸਦ ਦੱਸ ਦਿਓ ਕੀ ਆ। ਸਿਰਫ ਤੇ ਸਿਰਫ ਮਨੋਰਥ ਤੇ ਮਕਸਦ ਤੁਹਾਡਾ ਇਹ ਹੈਗਾ ਜਿਹੜਾ 7 ਤਰੀਕ ਨੂੰ ਬਹੁਤ ਵੱਡਾ ਆਪ ਮੁਹਾਰਾ ਸੰਗਤ ਦਾ ਲੱਖਾਂ ਦੀ ਗਿਣਤੀ 'ਚ ਇਕੱਠ ਜਾਣਾ, ਬਰਗਾੜੀ ਰੋਸ ਮਾਰਚ ਕੋਟਕਪੂਰਾ ਤੋਂ ਬਰਗਾੜੀ, ਉਹਦਾ ਪ੍ਰਭਾਵ ਮੱਧਮ ਪਾਉਣ ਵਾਸਤੇ, ਉਹਦੇ ਪ੍ਰਭਾਵ ਨੂੰ ਊਣਾ ਕਰਨ ਵਾਸਤੇ, ਉਹਦਾ ਰੰਗ ਫਿੱਕਾ ਕਰਨ ਵਾਸਤੇ। ਸੋ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ, ਹਾਂ ਕਾਂਗਰਸ ਦੇ ਵਿੱਚੋਂ ਜੇ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਦੂਜਾ ਕੋਈ ਲੀਡਰ ਆ ਗਿਆ ਮੁੱਖ ਮੰਤਰੀ ਦੀ ਕੁਰਸੀ ਤੇ, ਬਾਦਲਾਂ ਦਾ ਕਾਊਂਟ ਡਾਊਨ ਸਟਾਰਟ ਹੋ ਜਾਏਗਾ। ਪਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਹੁੰਦਿਆਂ ਕਦੇ ਵੀ ਬਰਗਾੜੀ ਦੇ ਦੋਸ਼ੀਆਂ ਨੂੰ, ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ, ਕੋਟਕਪੂਰਾ ਦੇ ਵਿੱਚ ਨਹੱਥੀ ਬੈਠੀ ਸੰਗਤ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਦੇ ਉੱਤੇ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਕਦੇ ਸਜ਼ਾ ਕੈਪਟਨ ਅਮਰਿੰਦਰ ਸਿੰਘ ਨਹੀਂ ਕਰਿਆ। ਕੈਪਟਨ ਅਮਰਿੰਦਰ ਸਿੰਘ ਉਹੀ ਜਿਹੜਾ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਬਣਾਉਂਦਾ, ਉਹੀ ਕੈਪਟਨ ਅਮਰਿੰਦਰ ਸਿੰਘ ਅੱਜ ਪੱਤਰਕਾਰਾਂ ਨੂੰ ਕਹਿ ਰਿਹਾ ਵੀ ਇਹ ਤਾਂ ਸਰਕਾਰ ਦੀ ਮਰਜ਼ੀ ਆ, ਕਿਸੇ ਕਮਿਸ਼ਨ ਦੀ ਰਿਪੋਰਟ ਤੇ ਕੋਈ ਕਾਰਵਾਈ ਕਰੇ ਨਾ ਕਰੇ। ਸੋ ਅੱਜ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ CBI ਨੂੰ, ਦੂਜੇ ਪਾਸੇ SIT ਦਾ ਕੋਈ ਟਾਈਮ ਬਾਉਂਡ ਨਹੀਂ ਗਾ। ਔਰ SIT ਬਣਾਉਣ ਦੀ ਤਾਂ ਜ਼ਰੂਰਤ ਹੀ ਨਹੀਂ ਸੀ, ਜਦੋਂ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਦੀ ਰਿਪੋਰਟ ਆ ਗਈ, ਦੋਸ਼ੀ FIR ਦਰਜ, FIR ਦੇ ਵਿੱਚ ਨਾਮ, 90 ਦਿਨ ਪੁਲਿਸ ਦੇ ਕੋਲੇ ਹੁੰਦੇ ਆ ਚਲਾਨ ਤਿਆਰ ਕਰਕੇ ਅਦਾਲਤ ਦੇ ਵਿੱਚ ਦੇਣ ਵਾਸਤੇ। ਸੋ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਦੋਸ਼ੀਆਂ ਨੇ ਕਿੰਨਾ ਕਿੰਨਾ ਦੋਸ਼ ਕੀਤਾ, ਇਹ ਸਿਰਫ ਇੱਕ FIR ਤੋਂ ਨਾਮ ਸ਼ਾਮਿਲ ਕਰਕੇ ਅਦਾਲਤ ਦੇ ਵਿੱਚ ਦਿੱਤਾ ਜਾ ਸਕਦਾ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਦੇ ਵਿੱਚ ਖੋਟ ਆ ਚੁੱਕਿਆ। ਬਰਗਾੜੀ ਦੇ ਮਸਲੇ ਦਾ ਫਿਰ ਕੀ ਹੱਲ ਹੈ ਹੁਣ? ਕਾਰਨ ਆ ਕਿ ਸਿੱਖ ਹਿਰਦੇ ਵਲੁੰਦਰੇ ਗਏ, ਅਕਾਲੀ ਦਲ ਵੀ ਦੇਖ ਲਿਆ, ਕਵਾਦ ਖਲਕ ਨਗਾੜਾ ਏ ਖੁਦਾ, ਕਦੇ ਬਾਦਲਾਂ ਨੇ ਸੋਚਿਆ ਨਹੀਂ ਸੀ ਵੀ ਸਾਡੀ ਪੰਜਾਬ ਦੇ ਲੋਕ ਐਡੀ ਕੁੱਤੇ ਖਾਣੀ ਕਰਨਗੇ। ਸਮਾਜਿਕ ਸਜ਼ਾ ਮਿਲੀ ਆ ਉਹਨਾਂ ਨੂੰ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਉਸ ਪਰਿਵਾਰ ਨੇ ਅਕਾਲੀ ਦਲ ਦੇ ਨਾਮ ਨੂੰ ਡੀਫੇਮ ਕੀਤਾ, ਅੱਜ ਉਹਨਾਂ ਨੂੰ ਹਜੇ ਸਿਰਫ ਸਮਾਜਿਕ ਸਜ਼ਾ ਮਿਲੀ ਆ 60 ਤੋਂ 13 ਤੇ ਆ ਗਏ। ਹਜੇ ਕਾਨੂੰਨ ਅਦਾਲਤੀ ਜਿਹੜੀ ਦੁਨਿਆਵੀ ਸਜ਼ਾ ਅਦਾਲਤੀ ਪ੍ਰਕਿਰਿਆ ਵਾਲੀ ਉਹ ਬਾਕੀ ਆ, ਤੇ ਹਜੇ ਧਾਰਮਿਕ ਸਜ਼ਾ ਬਾਕੀ ਆ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਿਹਨੇ ਗੁਰੂ ਦੇ ਨਾਲ ਮੱਥਾ ਲਾਇਆ ਉਹਦਾ ਰਿਹਾ ਕੁਛ ਨਹੀਂ, ਉਹਦੀ ਕੁੱਲ ਦਾ ਬੀ ਨਾਸ਼ ਹੋਇਆ। ਸੋ ਮੈਂ ਫਿਰ ਕਹਾਂਗਾ ਕਿ ਤੁਸੀਂ ਆਹ ਦੇਖਦੇ ਜਾਓ, ਤੁਸੀਂ ਕਹਿੰਦੇ ਹੋ ਨਾ ਵੀ ਸਜ਼ਾ ਮਿਲੇਗੀ ਕਿਵੇਂ, ਬੇਵਲ ਕੰਮ, ਕੁਦਰਤ ਦਾ ਨਿਯਮ ਹੈ, 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਆਉਂਦਾ ਜ਼ਰੂਰ ਹੈ, ਕੁਦਰਤ ਦਾ ਨਿਯਮ ਹੈ, ਦੋਸ਼ੀਆਂ ਨੂੰ ਸਜ਼ਾ ਗੁਰੂ ਨੇ ਦੇਣੀ ਆ, ਅਵਸ਼ ਸਜ਼ਾ ਮਿਲੇਗੀ ਉਹਨਾਂ ਨੂੰ। ਸੁਖਵੀਰ ਦੇ ਸੁਖਵੀਰ ਦੇ ਕਾਫਲੇ ਤੇ ਅੱਜ ਹਮਲਾ ਕੀਤਾ ਗਿਆ ਸਖਤਾਂ ਵੱਲੋਂ, ਕੀ ਸੁਣਿਆ? ਇਹ ਤੁਸੀਂ ਦੇਖਦੇ ਜਾਓ, ਇਹਨਾਂ ਦਾ ਨਰਕ ਭੋਗਣਗੇ ਪੰਜਾਬ ਦੇ ਅੰਦਰ ਇਹ ਲੋਕ। ਅਫੀਮ ਦੀ ਖੇਤੀ ਦੇ ਨਵਜੋਤ ਸਿੰਘ ਸਿੱਧੂ ਨੇ ਹਾਮੀ ਭਰੀ ਆ, ਤੁਸੀਂ ਕਿੱਦਾਂ ਦੇਖਦੇ ਹੋ? ਸੋ ਅੱਜ ਕਾਂਗਰਸ ਪਾਰਟੀ ਦੋਨੋਂ ਹੱਥਾਂ ਦੇ ਲੱਡੂ ਫੜਨਾ ਚਾਹੁੰਦੀ ਹੈ। ਇੱਕ ਪਾਸੇ ਉਸ ਵਰਗ ਦੀਆਂ ਵੋਟਾਂ ਜਿਹੜੇ ਇਸ ਗੱਲ ਦੇ ਵਿਰੋਧ ਦੇ ਵਿੱਚ ਆ ਵੀ ਅਫੀਮ ਦੀ ਖੇਤੀ ਨਹੀਂ ਹੋਣੀ ਚਾਹੀਦੀ, ਦੂਜੇ ਹੱਥ ਦੇ ਵਿੱਚ ਲੱਡੂ ਜਿਹੜੇ ਲੋਕ ਕਹਿੰਦੇ ਆ ਵੀ ਹੋਣੀ ਚਾਹੀਦੀ ਆ। ਅੱਜ ਕਾਂਗਰਸ ਹਕੂਮਤ ਇਹ ਚਾਹੁੰਦੀ ਹੈ ਵੀ ਦੋਨੇ ਹੱਥਾਂ 'ਚ ਲੱਡੂ ਫੜ ਲਈਏ, ਦੋਨਾਂ ਵਰਗਾਂ ਦਾ ਵੋਟਰ ਜਿਹੜਾ ਕਾਂਗਰਸ ਨੂੰ ਭੁਗਤੇ। ਪਰ ਸਿੱਧੂ ਅੱਜ ਧਰਮਵੀਰ ਗਾਂਧੀ ਹੋਰਾਂ ਤੇ DDR ਦਰਜ ਕਰਤਾ ਅਹਿਮਦਗੜ੍ਹ ਸਪਾਰ ਮੇਲੇ ਦੇ ਉੱਤੇ। ਚਾਹੀਦਾ ਕੀ ਸੀ ਕਾਂਗਰਸ ਨੂੰ? ਚਾਹੀਦਾ ਸੀ ਇੱਕ ਵਿਸ਼ੇਸ਼ ਕਮੇਟੀ ਕਾਇਮ ਕਰਦੀ ਕਾਂਗਰਸ ਹਕੂਮਤ, ਜਿਹਦੇ ਵਿੱਚ ਵਾਤਾਵਰਨ ਮਾਰ ਹੁੰਦਾ, ਖੇਤੀਬਾੜੀ ਮਾਰ ਹੁੰਦਾ, ਆਰਥਿਕ ਮਾਰ ਹੁੰਦਾ, ਤੇ ਸਮਾਜਿਕ ਟੈਕਨੋਕ੍ਰੇਟ ਕੋਈ ਸਮਾਜਿਕ ਕਦਰਾਂ ਕੀਮਤਾਂ ਵਾਲਾ ਕੋਈ ਸੱਜਣ ਪਾਇਆ ਹੁੰਦਾ, ਉਹ ਆਪਣੀਆਂ ਸਿਫਾਰਿਸ਼ਾਂ ਸਰਕਾਰ ਨੂੰ ਦਿੰਦੀ ਕਿ ਪੰਜਾਬ ਦੇ ਅੰਦਰ ਅਫੀਮ ਦੀ ਖੇਤੀ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਕੀਤੀ ਜਾਣੀ ਚਾਹੀਦੀ। ਸੋ ਮੈਂ ਤਾਂ ਅੱਗੇ ਇਸ ਤੋਂ ਹੋਰ ਵੀ ਗੱਲ ਕਹਾਂਗਾ, ਸਾਨੂੰ ਕਹਿਣ ਦੀ ਹੁਣ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੀ ਕਰ ਰਹੀ ਆ। ਮੇਰਾ ਮੋਬਾਈਲ ਦੇ ਕਰਕੇ ਕਿੱਥੇ ਆ ਜ਼ਰਾ, ਮੈਂ ਤੁਹਾਨੂੰ ਦੱਸਦਾ, ਮੈਂ ਦੱਸਣ ਲੱਗਾ ਜੇ ਅਸੀਂ ਬੋਲਾਂਗੇ ਨਾ ਤੇ ਲੋਕ ਕਹਿਣਗੇ, ਕਾਂਗਰਸ ਵਾਲੇ ਕਹਿਣਗੇ ਜੀ ਇਹ ਤਾਂ ਵਿਰੋਧ ਦੇ ਵਿੱਚ ਆ, ਇਹ ਤਾਂ ਸਾਡਾ ਵਿਰੋਧ ਕਰਨ ਵਾਸਤੇ ਬੋਲਦੇ ਆ। ਨਵਜੋਤ ਸਿੱਧੂ ਦੀ ਪਤਨੀ ਦਾ ਵੀਡੀਓ ਤੋਂ ਬਾਅਦ ਇੱਕ ਆਡੀਓ ਦੇ ਵਿੱਚ ਸਤਿਕਾਰਯੋਗ ਮੈਡਮ ਖੁਦ ਕਹਿ ਰਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਬੇਈਮਾਨ ਹੈ,
ਨਵਜੋਤ ਸਿੱਧੂ ਜਦੋਂ ਕੋਈ ਇਮਾਨਦਾਰੀ ਦੀਆਂ ਆ ਸੁਣ ਲਓ ਸੁਣ ਲਿਆ ਜੀ ਸਰ ਸੋ ਇਸ ਆਡੀਓ ਦੇ ਵਿੱਚ ਸਤਿਕਾਰਯੋਗ ਬੀਬੀ ਨਵਜੋਤ ਕੌਰ ਸਿੱਧੂ ਸਰਕਾਰ ਦੀ ਕਾਰਗੁਜ਼ਾਰੀ ਦਾ ਖੁਲਾਸਾ ਕਰ ਰਹੀ ਆ ਉਹ ਦੱਸ ਰਹੀ ਹੈ ਕਿ ਜਿਹੜਾ 10 ਸਾਲ ਕੁੱਤੇ ਕੰਮ ਬਾਦਲਾਂ ਨੇ ਪੰਜਾਬ ਦੀ ਧਰਤੀ ਤੇ ਮਾਫੀਆ ਬਣਾ ਬਣਾ ਕੇ ਪੰਜਾਬ ਨੂੰ ਲੁੱਟਣ ਵਾਸਤੇ ਕੀਤੇ ਅੱਜ ਉਹ ਸਾਰੇ ਮਾਫੀਏ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਜੁੰਡਲੀ ਦੇ ਕੋਲੇ ਆ ਸਿੱਧੂ ਦੀ ਕਹਿੰਦੀ ਸੁਣਦਾ ਕੋਈ ਨਹੀਂ ਗਾ ਸੋ ਮੈਂ ਫਿਰ ਕਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਬਾਦਲਾਂ ਨੂੰ ਸਜ਼ਾ ਨਹੀਂ ਮਿਲਣੀ ਹਾਂ ਜੇ ਕੋਈ ਮੁੱਖ ਮੰਤਰੀ ਬਦਲੀ ਹੋ ਗਿਆ ਤੇ ਸਜ਼ਾ ਮਿਲੇਗੀ ਪਰ ਆਵਾਜ਼ੇ ਖਲਕ ਨਗਾੜਾ ਏ ਖੁਦਾ ਮੈਨੂੰ ਇੱਕ ਦੋਸਤ ਨੇ ਜਿਹੜਾ ਇਹਨਾਂ ਦਾ ਮਨਸ਼ਾ ਹੈਗਾ ਵੀ ਅਸੀਂ ਫਿੱਕਾ ਕਰਨਾ ਇਹਨਾਂ ਦਾ ਮਨਸ਼ਾ ਵੀ ਅਸੀਂ ਬਰਗਾੜੀ ਦਾ ਰੋਸ ਮਾਰਕ ਫਿੱਕਾ ਕਰਨਾ ਰੈਲੀ ਰੈਲੀ ਦੀ ਗੇਮ ਖੇਡ ਕੇ ਕੁੱਤੇ ਕੰਮ ਕਰਨਗੇ ਆਰਟੀਏ ਡੀਟੀਓ ਡਾਂਗ ਦੇ ਨਾਲ ਟਰਾਂਸਪੋਰਟਰਾਂ ਦੀਆਂ ਸਕੂਲਾਂ ਵਾਲਿਆਂ ਦੀਆਂ ਬੱਸਾਂ ਲੋਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਪੈਸੇ ਦੇ ਕੇ ਜਿੰਨੇ ਦੁਨੀਆਂ ਦੇ ਕੁੱਤੇ ਕੰਮ ਕਰਨਗੇ ਪਰ ਆ ਮੈਂ ਧੰਨਵਾਦ ਕਰਦਾ ਲੋਕਾਂ ਦਾ ਮੈਨੂੰ ਇੱਕ ਬੰਦੇ ਨੇ ਇੱਕ ਸ਼ੇਰ ਬਣਾ ਕੇ ਭੇਜਿਆ ਲੰਬੀ ਜੇ ਡੋਗਰੇ ਜਾਣਗੇ ਪਟਿਆਲੇ ਚ ਮਸੰਦ ਜਾਣਗੇ 7 ਤਰੀਕ ਗੁਰੂ ਦੇ ਸਿੰਘ ਬਰਗਾੜੀ ਜਾਣਗੇ ਖਲਕ ਨਗਾੜਾ ਏ ਖੁਦਾ ਇਹ ਖਲਕ ਦੀ ਆਵਾਜ਼ ਤੇ ਖਲਕ ਦੀ ਸੰਗਤ ਦੀ ਆਵਾਜ਼ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਆਪ ਮਹਾਰੇ ਲੋਕ 7 ਤਰੀਕ ਨੂੰ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਇਹ ਕੰਮ ਕਰੇਗੀ ਬਹੁਤ ਮਾੜਾ ਭਗਵੰਤ ਮਾਨ ਹੋਰਾਂ ਨੂੰ ਚਾਹੀਦਾ ਸੀ ਫੂਲਕਾ ਜੀ ਹੋਰਾਂ ਨੂੰ ਚਾਹੀਦਾ ਸੀ ਕਿ ਬਰਗਾੜੀ ਰੋਸ ਮਾਰਚ ਕਿਸੇ ਇੱਕ ਪਾਰਟੀ ਦਾ ਨਹੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਬੈਂਸ ਜਾਂ ਖਹਿਰੇ ਦਾ ਨਹੀਂ ਕਿਸੇ ਇੱਕ ਸੰਪਰਦਾ ਦਾ ਨਹੀਂ ਬਹੁਜਨ ਸਮਾਜ ਪਾਰਟੀ ਦਾ ਨਹੀਂ ਕਿਸੇ ਕਿਸਾਨ ਜਥੇਬੰਦੀ ਦਾ ਨਹੀਂ ਇਹ ਪੰਜਾਬੀਆਂ ਦਾ ਮੈਂ ਹੋਰ ਕਹਾਂਗਾ ਕਿ ਇਹ ਸਿੱਖਾਂ ਦਾ ਨਹੀਂ ਅਵੇ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਪਾਉਣ ਭਲੇ ਕੋ ਮੰਦੇ ਅਰ ਏਕ ਪਿਤਾ ਏਕ ਸਕੇ ਹਮ ਬਾਰਕ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਚਾਰੇ ਵਰਨਾ ਵਾਸਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਗੁਰੂ ਜਿਹਦੇ ਵਿੱਚ ਹਿੰਦੁਸਤਾਨ ਦੇ ਸਾਰੇ ਧਰਮਾਂ ਦੇ ਗੁਰੂਆਂ ਦੀ ਬਾਣੀ ਦਰਜ ਹੈ ਇਹ ਪੰਜਾਬੀਆਂ ਦਾ ਰੋਸ ਮਾਰਚ ਆ ਮੈਨੂੰ ਆਸ ਨਹੀਂ ਸੀ ਫੂਲਕਾ ਜੀ ਔਰ ਭਗਵੰਤ ਮਾਨ ਹੋਰਾਂ ਤੋਂ ਕਿ ਉਹ ਐਸਾ ਕੰਮ ਕਰਨਗੇ ਸਾਨੂੰ ਸੀ ਵੀ ਉੱਥੇ ਜ਼ਰੂਰ ਆਪਣੇ ਵਲੰਟੀਅਰ ਵਰਕਰ ਲੀਡਰਾਂ ਨੂੰ ਜ਼ਰੂਰ ਕਹਿਣਗੇ ਵੀ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਵਿਸ਼ੇਸ਼ ਦਾ ਨਹੀਂ ਸੋ ਉਹਨਾਂ ਦੇ ਇਸ ਕੰਮ ਨਾਲ ਮੈਂ ਕਹਾਂਗਾ ਕਿ ਉਹਨਾਂ ਦਾ ਜਿਹੜਾ ਪੰਜਾਬ ਦੇ ਪੱਖੀ ਖਿਲਾਫ ਚਿਹਰਾ ਦਿੱਲੀ ਵਾਲਿਆਂ ਦੀ ਦਬਾਅ ਦੇ ਥੱਲੇ ਆ ਕੇ ਉਹਨਾਂ ਜਿਹੜਾ ਫੈਸਲਾ ਲਿਆ ਉਹ ਬਹੁਤ ਮਾੜਾ ਪੰਜਾਬ ਪੈਸਾ ਫਕਰੇ ਕੌਮ ਮਤਲਬ ਉਹ ਅੱਜ ਫਕਰੇ ਕੌਮ ਨਹੀਂ ਉਹਨਾਂ ਦਾ ਕਹਿੰਦੇ ਹੁੰਦੇ 70-72 ਆ ਪੰਜਾਬ ਦੀ ਇੱਕ ਕਹਾਵਤ ਹੈਗੀ ਆ ਜਦੋਂ ਬੰਦਾ 70 ਸਾਲ ਤੋਂ ਉੱਤੇ ਦੀ ਉਮਰ ਦਾ ਹੋ ਜਾਂਦਾ ਬੀਬੀਆਂ ਕੱਚ ਦੇ ਗਲਾਸ 'ਚ ਚਾਹ ਨਹੀਂ ਫੜਾਉਂਦੀਆਂ ਵੀ ਇਹਦੇ ਕੋਲੋਂ ਹੱਥ 'ਚੋਂ ਡਿੱਗ ਜਾਣਾ ਤੇ ਟੁੱਟ ਜੂਗਾ ਗਲਾਸ ਤੇ ਬਾਬਾ 90 ਸਾਲਾਂ ਦਾ ਹੋ ਕੇ ਅੱਜ ਕੈਸੀਆਂ ਗੱਲਾਂ ਕਰ ਰਿਹਾ ਉਹ ਫਕਰੇ ਕੌਮ ਨਾ ਕਹੋ ਉਹਨੂੰ ਉਹ ਫੁਕਰੇ ਕੌਮ ਹੈ ਉਹ ਕਹਿੰਦਾ ਬਰਗਾੜੀ ਚੈਪਟਰ ਖਤਮ ਕਰ ਲੈ ਮੈਂ ਤਾਂ ਹੀ ਕਹਿੰਦਾ ਖਤਮ ਕਰਾਂਗੇ ਜਿੱਦਣ ਬਾਦਲਾਂ ਨੂੰ ਜਿਹੜੀ ਲੰਬੇ ਅਰਸੇ ਤੋਂ ਪ੍ਰਥਾ ਚੱਲੀ ਆਈ ਆ ਉੱਤਰ ਕਾਟੋ ਮੈਚ ਜਿਹੜਾ ਮਤਲਬ ਕਿ ਫਰੈਂਡਲੀ ਮੈਚ 5 ਸਾਲ ਬਨਾਮ 5 ਸਾਲ ਤੇ ਅੱਜ ਕਦੇ ਨਹੀਂ ਉਹ ਚਾਹੁੰਦੇ ਕਿ ਪੰਜਾਬ ਦੇ ਅੰਦਰ ਕੋਈ ਤੀਸਰੀ ਧਿਰ ਵੜ ਜੇ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਹੈਗੀ ਆ ਤੀਜਾ ਰਲਿਆ ਤੇ ਕੰਮ ਗਲਿਆ ਅੱਜ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਕੁਨਵੇ ਨੂੰ ਬਚਾਉਣ ਵਾਸਤੇ ਮਜੀਠੀਏ ਦੇ ਟੱਬਰ ਨੂੰ ਬਚਾਉਣ ਵਾਸਤੇ ਪੱਬਾਂ ਭਾਰ ਹੋਏ ਹੋਏ ਅੱਜ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਕੀਤੇ ਕਾਲੇ ਕਾਰਨਾਮਿਆਂ ਦੇ ਉੱਤੇ ਪਰਦੇ ਪਾਉਣ ਦਾ ਯਤਨ ਕਰ ਰਹੇ ਆ ਪੰਜਾਬ ਦੇ ਅੰਦਰ ਕਬੱਡੀ ਖੇਡ ਜਿਹੜੀ ਆ ਕਬੱਡੀ 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 ਤੇ ਬਾਦਲ ਤੇ ਕੈਪਟਨ ਨੇ ਰੈਲੀ 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 ਖੇਡ ਸਟਾਰਟ ਕਰਤੀ ਮੈਂ ਤੁਹਾਡੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਲੀਡਰਾਂ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਆਪਣੀ ਰੈਲੀ ਦਾ ਮਨੋਰਥ ਤੇ ਮਕਸਦ ਦੱਸ ਦਿਓ ਕੀ ਆ ਸਿਰਫ ਤੇ ਸਿਰਫ ਮਨੋਰਥ ਤੇ ਮਕਸਦ ਤੁਹਾਡਾ ਇਹ ਹੈਗਾ ਜਿਹੜਾ 7 ਤਰੀਕ ਨੂੰ ਬਹੁਤ ਵੱਡਾ ਆਪ ਮੁਹਾਰਾ ਸੰਗਤ ਦਾ ਲੱਖਾਂ ਦੀ ਗਿਣਤੀ 'ਚ ਇਕੱਠ ਜਾਣਾ ਬਰਗਾੜੀ ਰੋਸ ਮਾਰਚ ਕੋਟਕਪੂਰਾ ਤੋਂ ਬਰਗਾੜੀ ਉਹਦਾ ਪ੍ਰਭਾਵ ਮੱਧਮ ਪਾਉਣ ਵਾਸਤੇ ਉਹਦੇ ਪ੍ਰਭਾਵ ਨੂੰ ਊਣਾ ਕਰਨ ਵਾਸਤੇ ਉਹਦਾ ਰੰਗ ਫਿੱਕਾ ਕਰਨ ਵਾਸਤੇ ਸੋ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਹਾਂ ਕਾਂਗਰਸ ਦੇ ਵਿੱਚੋਂ ਜੇ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਦੂਜਾ ਕੋਈ ਲੀਡਰ ਆ ਗਿਆ ਮੁੱਖ ਮੰਤਰੀ ਦੀ ਕੁਰਸੀ ਤੇ ਬਾਦਲਾਂ ਦਾ ਕਾਊਂਟ ਡਾਊਨ ਸਟਾਰਟ ਹੋ ਜਾਏਗਾ ਪਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਹੁੰਦਿਆਂ ਕਦੇ ਵੀ ਬਰਗਾੜੀ ਦੇ ਦੋਸ਼ੀਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ ਕੋਟਕਪੂਰਾ ਦੇ ਵਿੱਚ ਨਹੱਥੀ ਬੈਠੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਦੇ ਉੱਤੇ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਕਦੇ ਸਜ਼ਾ ਕੈਪਟਨ ਅਮਰਿੰਦਰ ਸਿੰਘ ਨਹੀਂ ਕਰਿਆ ਕੈਪਟਨ ਅਮਰਿੰਦਰ ਸਿੰਘ ਉਹੀ ਜਿਹੜਾ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਬਣਾਉਂਦਾ
ਉਹੀ ਕੈਪਟਨ ਅਮਰਿੰਦਰ ਸਿੰਘ ਅੱਜ ਪੱਤਰਕਾਰਾਂ ਨੂੰ ਕਹਿ ਰਿਹਾ ਵੀ ਇਹ ਤਾਂ ਸਰਕਾਰ ਦੀ ਮਰਜ਼ੀ ਆ, ਕਿਸੇ ਕਮਿਸ਼ਨ ਦੀ ਰਿਪੋਰਟ 'ਤੇ ਕੋਈ ਕਾਰਵਾਈ ਕਰੇ ਨਾ ਕਰੇ। ਸੋ ਅੱਜ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ CBI ਨੂੰ, ਦੂਜੇ ਪਾਸੇ SIT ਦਾ ਕੋਈ ਟਾਈਮ ਬਾਊਂਡ ਨਹੀਂ ਗਾ। ਅਰੇ SIT ਬਣਾਉਣ ਦੀ ਤਾਂ ਜ਼ਰੂਰਤ ਹੀ ਨਹੀਂ ਸੀ, ਜਦੋਂ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਦੀ ਰਿਪੋਰਟ ਆ ਗਈ, ਦੋਸ਼ੀ FIR ਦਰਜ, FIR ਦੇ ਵਿੱਚ ਨਾਮ, 90 ਦਿਨ ਪੁਲਿਸ ਦੇ ਕੋਲੇ ਹੁੰਦੇ ਆ ਚਲਾਨ ਤਿਆਰ ਕਰਕੇ ਅਦਾਲਤ ਦੇ ਵਿੱਚ ਦੇਣ ਵਾਸਤੇ। ਸੋ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਦੋਸ਼ੀਆਂ ਨੇ ਕਿੰਨਾ ਕਿੰਨਾ ਦੋਸ਼ ਕੀਤਾ, ਇਹ ਸਿਰਫ ਇੱਕ FIR ਤੋਂ ਨਾਮ ਸ਼ਾਮਿਲ ਕਰਕੇ ਅਦਾਲਤ ਦੇ ਵਿੱਚ ਦਿੱਤਾ ਜਾ ਸਕਦਾ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਦੇ ਵਿੱਚ ਖੋਟ ਆ ਚੁੱਕਿਆ। ਬਰਗਾੜੀ ਦੇ ਮਸਲੇ ਦਾ ਫਿਰ ਕੀ ਹਾਲ ਹੈ ਹੁਣ? ਕਾਰਨ ਆ ਕਿ ਸਿੱਖ ਹਿਰਦੇ ਵਲੁੰਦਰੇ ਗਏ, ਅਕਾਲੀ ਦਲ ਵੀ ਦੇਖ ਲਿਆ, ਆਵਾਜ਼ ਏ ਖਲਕ ਨਗਾੜਾ ਏ ਖੁਦਾ। ਕਦੇ ਬਾਦਲਾਂ ਨੇ ਸੋਚਿਆ ਨਹੀਂ ਸੀ ਵੀ ਸਾਡੀ ਪੰਜਾਬ ਦੇ ਲੋਕ ਐਡੀ ਕੁੱਤੇਖਾਣੀ ਕਰਨਗੇ। ਸਮਾਜਿਕ ਸਜ਼ਾ ਮਿਲੀ ਆ ਉਹਨਾਂ ਨੂੰ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਉਸ ਪਰਿਵਾਰ ਨੇ ਅਕਾਲੀ ਦਲ ਦੇ ਨਾਮ ਨੂੰ ਡੀਫੇਮ ਕੀਤਾ, ਅੱਜ ਉਹਨਾਂ ਨੂੰ ਹਜੇ ਸਿਰਫ ਸਮਾਜਿਕ ਸਜ਼ਾ ਮਿਲੀ ਆ 60 ਤੋਂ 13 ਤੇ ਆ ਗਏ। ਹਜੇ ਕਾਨੂੰਨ ਅਦਾਲਤੀ ਜਿਹੜੀ ਦੁਨਿਆਵੀ ਸਜ਼ਾ ਅਦਾਲਤੀ ਪ੍ਰਕਿਰਿਆ ਵਾਲੀ ਉਹ ਬਾਕੀ ਆ, ਤੇ ਹਜੇ ਧਾਰਮਿਕ ਸਜ਼ਾ ਬਾਕੀ ਆ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਿਹਨੇ ਗੁਰੂ ਦੇ ਨਾਲ ਮੱਥਾ ਲਾਇਆ ਉਹਦਾ ਰਿਹਾ ਕੁਛ ਨਹੀਂ, ਉਹਦੀ ਕੁੱਲ ਦਾ ਬੀਨਾਸ਼ ਹੋਇਆ। ਸੋ ਮੈਂ ਫਿਰ ਕਹਾਂਗਾ ਕਿ ਤੁਸੀਂ ਆਹ ਦੇਖਦੇ ਜਾਓ, ਤੁਸੀਂ ਕਹਿੰਦੇ ਹੋ ਨਾ ਵੀ ਸਜ਼ਾ ਮਿਲੇਗੀ ਕਿਵੇਂ, ਬੇਵਲ ਕੰਮ, ਕੁਦਰਤ ਦਾ ਨਿਯਮ ਹੈ, 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਆਉਂਦਾ ਜ਼ਰੂਰ ਹੈ, ਕੁਦਰਤ ਦਾ ਨਿਯਮ ਹੈ, ਦੋਸ਼ੀਆਂ ਨੂੰ ਸਜ਼ਾ ਗੁਰੂ ਨੇ ਦੇਣੀ ਆ, ਅਵਸ਼ ਸਜ਼ਾ ਮਿਲੇਗੀ ਉਹਨਾਂ ਨੂੰ। ਸੁਖਵੀਰ ਦੇ ਸੁਖਵੀਰ ਦੇ ਕਾਫਲੇ ਤੇ ਅੱਜ ਹਮਲਾ ਕੀਤਾ ਗਿਆ, ਸਖਤਾ ਵੱਲੋਂ ਕੀ ਸੁਣਿਆ? ਇਹ ਤੁਸੀਂ ਦੇਖਦੇ ਜਾਓ, ਇਹਨਾਂ ਦਾ ਨਰਕ ਭੋਗਣਗੇ ਪੰਜਾਬ ਦੇ ਅੰਦਰ ਇਹ ਲੋਕ। ਅਫੀਮ ਦੀ ਖੇਤੀ ਦੇ ਨਵਜੋਤ ਸਿੰਘ ਸਿੱਧੂ ਨੇ ਹਾਮੀ ਭਰੀ ਹੈ, ਤੁਸੀਂ ਕਿੱਦਾਂ ਦੇਖਦੇ? ਸੋ ਅੱਜ ਕਾਂਗਰਸ ਪਾਰਟੀ ਦੋਨੇ ਹੱਥਾਂ ਦੇ ਵਿੱਚ ਲੱਡੂ ਫੜਨਾ ਚਾਹੁੰਦੀ ਹੈ। ਇੱਕ ਪਾਸੇ ਉਸ ਵਰਗ ਦੀਆਂ ਵੋਟਾਂ ਜਿਹੜੇ ਇਸ ਗੱਲ ਦੇ ਵਿਰੋਧ ਦੇ ਵਿੱਚ ਆ ਵੀ ਅਫੀਮ ਦੀ ਖੇਤੀ ਨਹੀਂ ਹੋਣੀ ਚਾਹੀਦੀ, ਦੂਜੇ ਹੱਥ ਦੇ ਵਿੱਚ ਲੱਡੂ ਜਿਹੜੇ ਲੋਕ ਕਹਿੰਦੇ ਆ ਵੀ ਹੋਣੀ ਚਾਹੀਦੀ ਆ। ਅੱਜ ਕਾਂਗਰਸ ਹਕੂਮਤ ਇਹ ਚਾਹੁੰਦੀ ਹੈ ਵੀ ਦੋਨੇ ਹੱਥਾਂ 'ਚ ਲੱਡੂ ਫੜ ਲਈਏ, ਦੋਨਾਂ ਵਰਗਾਂ ਦਾ ਵੋਟਰ ਜਿਹੜਾ ਕਾਂਗਰਸ ਨੂੰ ਭੁਗਤੇ। ਪਰ ਸਿੱਧੂ ਅੱਜ ਧਰਮਵੀਰ ਗਾਂਧੀ ਹੋਰਾਂ ਤੇ DDR ਦਰਜ ਕਰਤਾ ਅਹਿਮਦਗੜ੍ਹ ਸਪਾਰ ਮੇਲੇ ਦੇ ਉੱਤੇ। ਚਾਹੀਦਾ ਕੀ ਸੀ ਕਾਂਗਰਸ ਨੂੰ? ਚਾਹੀਦਾ ਸੀ ਇੱਕ ਵਿਸ਼ੇਸ਼ ਕਮੇਟੀ ਕਾਇਮ ਕਰਦੀ ਕਾਂਗਰਸ ਹਕੂਮਤ, ਜਿਹਦੇ ਵਿੱਚ ਵਾਤਾਵਰਨ ਮਾਰ ਹੁੰਦਾ, ਖੇਤੀਬਾੜੀ ਮਾਰ ਹੁੰਦਾ, ਆਰਥਿਕ ਮਾਰ ਹੁੰਦਾ, ਤੇ ਸਮਾਜਿਕ ਟੈਕਨੋਕ੍ਰੇਟ ਕੋਈ ਸਮਾਜਿਕ ਕਦਰਾਂ ਕੀਮਤਾਂ ਵਾਲਾ ਕੋਈ ਸੱਜਣ ਪਾਇਆ ਹੁੰਦਾ, ਉਹ ਆਪਣੀਆਂ ਸਿਫਾਰਿਸ਼ਾਂ ਸਰਕਾਰ ਨੂੰ ਦਿੰਦੀ ਕਿ ਪੰਜਾਬ ਦੇ ਅੰਦਰ ਅਫੀਮ ਦੀ ਖੇਤੀ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਕੀਤੀ ਜਾਣੀ ਚਾਹੀਦੀ। ਸੋ ਮੈਂ ਤਾਂ ਅੱਗੇ ਇਸ ਤੋਂ ਹੋਰ ਵੀ ਗੱਲ ਕਹਾਂਗਾ, ਸਾਨੂੰ ਕਹਿਣ ਦੀ ਹੁਣ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੀ ਕਰ ਰਹੀ ਆ। ਮੇਰਾ ਮੋਬਾਈਲ ਦੇਈ ਕਰਕੇ ਕਿੱਥੇ ਆ ਜ਼ਰਾ, ਆ ਮੇਰਾ ਫੋਨ ਦੇ ਉੱਤੇ ਦੱਸ। ਸੋ ਮੈਂ ਤੁਹਾਨੂੰ ਦੱਸਦਾ, ਮੈਂ ਦੱਸਣ ਲੱਗਾ ਜੇ ਅਸੀਂ ਬੋਲਾਂਗੇ ਨਾ ਤੇ ਲੋਕ ਕਹਿਣਗੇ, ਕਾਂਗਰਸ ਵਾਲੇ ਕਹਿਣਗੇ ਜੀ ਇਹ ਤਾਂ ਵਿਰੋਧ ਦੇ ਵਿੱਚ ਆ, ਇਹ ਤਾਂ ਸਾਡਾ ਵਿਰੋਧ ਕਰਨ ਵਾਸਤੇ ਬੋਲਦੇ ਆ। ਨਵਜੋਤ ਸਿੱਧੂ ਦੀ ਪਤਨੀ ਦਾ ਵੀਡੀਓ ਤੋਂ ਬਾਅਦ ਇੱਕ ਆਡੀਓ ਦੇ ਵਿੱਚ ਸਤਿਕਾਰਯੋਗ ਮੈਡਮ ਖੁਦ ਕਹਿ ਰਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਬੇਈਮਾਨ ਹੈ। ਨਵਜੋਤ ਸਿੱਧੂ ਜਦੋਂ ਕੋਈ ਇਮਾਨਦਾਰੀ ਦੀਆਂ ਆ ਸੁਣ ਲਓ, ਸੁਣ ਲਿਆ ਜੀ ਸਰ। ਸੋ ਇਸ ਆਡੀਓ ਦੇ ਵਿੱਚ ਸਤਿਕਾਰਯੋਗ ਬੀਬੀ ਨਵਜੋਤ ਕੌਰ ਸਿੱਧੂ ਸਰਕਾਰ ਦੀ ਕਾਰਗੁਜ਼ਾਰੀ ਦਾ ਖੁਲਾਸਾ ਕਰ ਰਹੀ ਆ। ਉਹ ਦੱਸ ਰਹੀ ਹੈ ਕਿ ਜਿਹੜਾ 10 ਸਾਲ ਕੁੱਤੇ ਕੰਮ ਬਾਦਲਾਂ ਨੇ ਪੰਜਾਬ ਦੀ ਧਰਤੀ ਤੇ ਮਾਫੀਆ ਬਣਾ ਬਣਾ ਕੇ ਪੰਜਾਬ ਨੂੰ ਲੁੱਟਣ ਵਾਸਤੇ ਕੀਤੇ, ਅੱਜ ਉਹ ਸਾਰੇ ਮਾਫੀਏ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਜੁੰਡਲੀ ਦੇ ਕੋਲੇ ਆ। ਸਿੱਧੂ ਦੀ ਕਹਿੰਦੀ ਸੁਣਦਾ ਹੀ ਕੋਈ ਨਹੀਂ ਗਾ। ਸੋ ਮੈਂ ਫਿਰ ਕਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਬਾਦਲਾਂ ਨੂੰ ਸਜ਼ਾ ਨਹੀਂ ਮਿਲਣੀ। ਹਾਂ ਜੇ ਕੋਈ ਮੁੱਖ ਮੰਤਰੀ ਬਦਲੀ ਹੋ ਗਿਆ ਤੇ ਸਜ਼ਾ ਮਿਲੇਗੀ, ਪਰ ਆਵਾਜ਼ੇ ਖਲਕ ਨਗਾੜਾ ਏ ਖੁਦਾ। ਮੈਨੂੰ ਇੱਕ ਦੋਸਤ ਨੇ ਜਿਹੜਾ ਇਹਨਾਂ ਦਾ ਮਨਸ਼ਾ ਹੈਗਾ ਵੀ ਅਸੀਂ ਫਿੱਕਾ ਕਰਨਾ, ਇਹਨਾਂ ਦਾ ਮਨਸ਼ਾ ਵੀ ਅਸੀਂ ਬਰਗਾੜੀ ਦਾ ਰੋਸ ਮਾਰਚ ਫਿੱਕਾ ਕਰਨਾ, ਰੈਲੀ ਦੀ ਗੇਮ ਖੇਡ ਕੇ ਕੁੱਤੇ ਕੰਮ ਕਰਨਗੇ। RTA DTO ਡਾਂਗ ਦੇ ਨਾਲ ਟਰਾਂਸਪੋਰਟਰਾਂ ਦੀਆਂ, ਸਕੂਲਾਂ ਵਾਲਿਆਂ ਦੀਆਂ ਬੱਸਾਂ, ਲੋਕਾਂ ਨੂੰ ਸ਼ਰਾਬ ਦੀਆਂ ਬੋਤਲਾਂ, ਪੈਸੇ ਦੇ ਕੇ ਜਿੰਨੇ ਦੁਨੀਆਂ ਦੇ ਕੁੱਤੇ ਕੰਮ ਕਰਨਗੇ। ਪਰ ਮੈਂ ਧੰਨਵਾਦ ਕਰਦਾ ਲੋਕਾਂ ਦਾ, ਮੈਨੂੰ ਇੱਕ ਬੰਦੇ ਨੇ ਇੱਕ ਸ਼ੇਰ ਬਣਾ ਕੇ ਭੇਜਿਆ, ਲੰਬੀ ਜੇ ਡੋਗਰੇ ਜਾਣਗੇ ਪਟਿਆਲੇ ਚ ਮਸੰਦ ਜਾਣਗੇ, 7 ਤਰੀਕ ਗੁਰੂ ਦੇ ਸਿੰਘ ਬਰਗਾੜੀ ਜਾਣਗੇ। ਇਹ ਆਵਾਜ਼ ਖਲਕ ਨਗਾੜਾ ਏ ਖੁਦਾ, ਇਹ ਖਲਕ ਦੀ ਆਵਾਜ਼ ਤੇ ਖਲਕ ਦੀ ਸੰਗਤ ਦੀ ਆਵਾਜ਼ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਆਪ ਮਹਾਰੇ ਲੋਕ 7 ਤਰੀਕ ਨੂੰ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ, ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਇਹ ਕੰਮ ਕਰੇਗੀ। ਬਹੁਤ ਮਾੜਾ
ਭਗਵੰਤ ਮਾਨ ਹੋਰਾਂ ਨੂੰ ਚਾਹੀਦਾ ਸੀ, ਫੂਲਕਾਜੀ ਹੋਰਾਂ ਨੂੰ ਚਾਹੀਦਾ ਸੀ ਕਿ ਬਰਗਾੜੀ ਰੋਸ ਮਾਰਚ ਕਿਸੇ ਇੱਕ ਪਾਰਟੀ ਦਾ ਨਹੀਂ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ, ਬੈਂਸ ਜਾਂ ਖਹਿਰੇ ਦਾ ਨਹੀਂ, ਕਿਸੇ ਇੱਕ ਸੰਪਰਦਾ ਦਾ ਨਹੀਂ, ਬਹੁਜਨ ਸਮਾਜ ਪਾਰਟੀ ਦਾ ਨਹੀਂ, ਕਿਸੇ ਕਿਸਾਨ ਜਥੇਬੰਦੀ ਦਾ ਨਹੀਂ, ਇਹ ਪੰਜਾਬੀਆਂ ਦਾ। ਮੈਂ ਹੋਰ ਕਹਾਂਗਾ ਕਿ ਇਹ ਸਿੱਖਾਂ ਦਾ ਨਹੀਂ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਪਾਉਣ ਭਲੇ ਕੋ ਮੰਦੇ, ਔਰ ਏਕ ਪਿਤਾ ਏਕ ਸਕੇ ਹਮ ਬਾਰਕ। ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਚਾਰੇ ਵਰਨਾ ਵਾਸਤੇ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਗੁਰੂ ਜਿਹਦੇ ਵਿੱਚ ਹਿੰਦੁਸਤਾਨ ਦੇ ਸਾਰੇ ਧਰਮਾਂ ਦੇ ਗੁਰੂਆਂ ਦੀ ਬਾਣੀ ਦਰਜ ਹੈ। ਇਹ ਪੰਜਾਬੀਆਂ ਦਾ ਰੋਸ ਮਾਰਚ ਆ। ਮੈਨੂੰ ਆਸ ਨਹੀਂ ਸੀ ਫੂਲਕਾ ਜੀ ਔਰ ਭਗਵੰਤ ਮਾਨ ਹੋਰਾਂ ਤੋਂ ਕਿ ਉਹ ਐਸਾ ਕੰਮ ਕਰਨਗੇ। ਸਾਨੂੰ ਸੀ ਵੀ ਉਹ ਉੱਥੇ ਜ਼ਰੂਰ ਆਪਣੇ ਵਲੰਟੀਅਰ ਵਰਕਰ ਲੀਡਰਾਂ ਨੂੰ ਜ਼ਰੂਰ ਕਹਿਣਗੇ ਵੀ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਵਿਸ਼ੇਸ਼ ਦਾ ਨਹੀਂ। ਸੋ ਉਹਨਾਂ ਦੇ ਇਸ ਕੰਮ ਨਾਲ ਮੈਂ ਕਹਾਂਗੀ ਉਹਨਾਂ ਦਾ ਜਿਹੜਾ ਪੰਜਾਬ ਦੇ ਪੱਖੀ ਖਿਲਾਫ ਚਿਹਰਾ ਦਿੱਲੀ ਵਾਲਿਆਂ ਦੀ ਦਬਾਅ ਦੇ ਥੱਲੇ ਆ ਕੇ ਉਹਨਾਂ ਜਿਹੜਾ ਫੈਸਲਾ ਲਿਆ ਉਹ ਬਹੁਤ ਮਾੜਾ ਪੰਜਾਬ ਦਾ। ਫਕਰੇ ਕੌਮ ਮਤਲਬ ਉਹ ਅੱਜ ਫਕਰੇ ਕੌਮ ਨਹੀਂ, ਉਹਨਾਂ ਦਾ ਕਹਿੰਦੇ 70-72 ਆ। ਪੰਜਾਬ ਦੀ ਇੱਕ ਕਹਾਵਤ ਹੈਗੀ ਆ, ਜਦੋਂ ਬੰਦਾ 70 ਸਾਲ ਤੋਂ ਉੱਤੇ ਦੀ ਉਮਰ ਦਾ ਹੋ ਜਾਂਦਾ, ਬੀਬੀਆਂ ਕੱਚ ਦੇ ਗਲਾਸ 'ਚ ਚਾਹ ਨਹੀਂ ਫੜਾਉਂਦੀਆਂ ਵੀ ਇਹਦੇ ਕੋਲੋਂ ਹੱਥ 'ਚੋਂ ਡਿੱਗ ਜਾਣਾ ਤੇ ਟੁੱਟ ਜੂਗਾ ਗਲਾਸ। ਤੇ ਬਾਬਾ 90 ਸਾਲਾਂ ਦਾ ਹੋ ਕੇ ਅੱਜ ਕੈਸੀਆਂ ਗੱਲਾਂ ਕਰ ਰਿਹਾ, ਉਹ ਫਕਰੇ ਕੌਮ ਨਾ ਕਹੋ ਉਹਨੂੰ, ਉਹ ਫੁਕਰੇ ਕੌਮ ਹੈ। ਮੈਂ ਤਾਂ ਹੀ ਕਹਿੰਦਾ ਖਤਮ ਕਰਾਂਗੇ ਜਿੱਦਣ ਬਾਦਲਾਂ ਨੂੰ ਸਜਾਵਾਂ ਮਿਲ ਗਈਆਂ, ਦੋਸ਼ੀਆਂ ਨੂੰ ਸਜਾਵਾਂ। ਠੀਕ ਹੈ।